ਤੁਸੀਂ ਰੋਬਰਟ ਕਿਯੋਸਾਕੀ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ, ਜਿਸ ਨੇ ਰਿਚ ਡੈਡ ਪੂਅਰ ਡੈਡ ਬੁੱਕ ਲਿਖੀ ਹੈ। ਬਹੁਤ ਸਾਰੇ ਵੀਰ ਇਸ ਨੂੰ ਲਾਈਫ ਚੇਂਜਿੰਗ ਬੁੱਕ ਕਹਿੰਦੇ ਹਨ, ਪਰ ਰੋਬਰਟ ਨੇ ਇਸ ਦਾ ਪਾਰਟ 2 ਵੀ ਲਿਖਿਆ ਹੈ, ਜਿਸ ਬੁੱਕ ਦਾ ਨਾਮ ਹੈ ਰਿਚ ਡੈਡਸ ਕੈਸ਼ ਫਲੋ ਕੁਆਡਰੈਂਟ ਗਾਈਡ ਟੂ ਫਾਈਨੈਂਸ਼ੀਅਲ ਫਰੀਡਮ। ਮੈਂ ਦੇਖਿਆ ਹੈ ਕਿ ਬਹੁਤ ਲੋਕਾਂ ਨੇ ਰਿਚ ਡੈਡ ਪੂਅਰ ਡੈਡ ਤਾਂ ਪੜ੍ਹੀ ਹੈ, ਪਰ ਉਹ ਇਸ ਨੂੰ ਪੜ੍ਹਨਾ ਭੁੱਲ ਜਾਂਦੇ ਹਨ ਜਾਂ ਉਹਨਾਂ ਨੂੰ ਇਸ ਬੁੱਕ ਬਾਰੇ ਪਤਾ ਹੀ ਨਹੀਂ। ਪਰ ਇਹ ਵੀ ਬਹੁਤ ਇੰਪੋਰਟੈਂਟ ਬੁੱਕ ਹੈ, ਕਿਉਂਕਿ ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਫਾਈਨੈਂਸ਼ੀਅਲ ਲਾਈਫ ਨੂੰ ਇੰਪਰੂਵ ਕਰਕੇ ਘੱਟ ਮਿਹਨਤ ਕਰਕੇ ਫਾਈਨੈਂਸ਼ੀਅਲ ਫਰੀਡਮ ਅਚੀਵ ਕਰ ਸਕਦੇ ਹੋ। ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਤੁਸੀਂ ਕੈਸ਼ ਫਲੋ ਕੁਆਡਰੈਂਟ ਬੁੱਕ ਵਿੱਚੋਂ ਬਹੁਤ ਇੰਪੋਰਟੈਂਟ ਲੈਸਨਸ ਬਾਰੇ ਜਾਣੋਗੇ, ਜੋ ਤੁਹਾਡੀ ਫਾਈਨੈਂਸ਼ੀਅਲ ਲਾਈਫ ਵਿੱਚ ਬਹੁਤ ਕੰਮ ਆਉਣੇ ਹਨ। ਇਹ ਮੇਰੀ ਗਰੰਟੀ ਹੈ ਕਿ ਇਸ ਬੁੱਕ ਤੋਂ ਤੁਹਾਨੂੰ ਕਈ ਵੈਲਿਊਬਲ ਲੈਸਨਸ ਸਿੱਖਣ ਨੂੰ ਮਿਲਣਗੇ। ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਨਵੈਸਟਰ ਪੰਜਾਬ ਨੂੰ ਹੁਣੇ ਸਬਸਕ੍ਰਾਈਬ ਕਰ ਲਵੋ, ਤਾਂ ਜੋ ਤੁਸੀਂ ਆਸਾਨੀ ਨਾਲ ਜ਼ਿਆਦਾ ਪੈਸੇ ਕਮਾਉਣਾ ਸਿੱਖ ਸਕੋ। ਇਹ 300 ਪੇਜਸ ਦੀ ਬੁੱਕ 3 ਪਾਰਟਸ ਵਿੱਚ ਵੰਡੀ ਹੋਈ ਹੈ। ਸਭ ਤੋਂ ਪਹਿਲਾ ਪਾਰਟ ਹੈ ਦਾ ਕੈਸ਼ ਫਲੋ ਕੁਆਡਰੈਂਟ। ਸਾਡੀ ਡੇਲੀ ਲਾਈਫ ਵਿੱਚ ਬਹੁਤ ਤਰ੍ਹਾਂ ਦੇ ਖਰਚੇ ਹੁੰਦੇ ਨੇ, ਜਿਨ੍ਹਾਂ ਨੂੰ ਪੂਰਾ ਕਰਨ ਲਈ ਸਾਡੇ ਕੋਲ ਕੋਈ ਕੈਸ਼ ਫਲੋ ਯਾਨੀ ਇਨਕਮ ਸੋਰਸ ਹੋਣਾ ਚਾਹੀਦਾ ਹੈ। ਇਸ ਲਈ ਤੁਸੀਂ ਇਹਨਾਂ 4 ਹਿੱਸਿਆਂ ਵਿੱਚੋਂ ਕਿਸੇ ਇੱਕ ਹਿੱਸੇ ਵਿੱਚ ਜ਼ਰੂਰ ਆਉਂਦੇ ਹੋਵੋਗੇ। ਜੇ ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਇਹ 4 ਕੈਟੇਗਰੀਜ਼ ਦੇ ਲੋਕ ਕਿਸ ਤਰ੍ਹਾਂ ਸੋਚਦੇ ਨੇ ਅਤੇ ਕਿੱਦਾਂ ਲਾਈਫ ਜੀਂਦੇ ਨੇ, ਤਾਂ ਤੁਸੀਂ ਕਿਵੇਂ ਡਿਸਾਈਡ ਕਰੋਗੇ ਕਿ ਕਿਸ ਕੈਟੇਗਰੀ ਵਿੱਚ ਜਾਣਾ ਹੈ। ਇਹ 4 ਕੁਆਡਰੈਂਟ ਹਨ ESBI। ਪਹਿਲਾਂ ਗੱਲ ਕਰਦੇ ਹਾਂ ਈ ਕੁਆਡਰੈਂਟ ਬਾਰੇ। ਈ ਕੁਆਡਰੈਂਟ ਵਿੱਚ ਦੁਨੀਆ ਦੀ 95% ਪਾਪੂਲੇਸ਼ਨ ਆਉਂਦੀ ਹੈ, ਜਿਨ੍ਹਾਂ ਕੋਲ ਦੁਨੀਆ ਦਾ ਸਿਰਫ 5% ਪੈਸਾ ਹੀ ਹੈ। ਇਹ ਉਹ ਲੋਕ ਨੇ ਜਿਨ੍ਹਾਂ ਕੋਲ ਜੌਬ ਹੈ। ਇਹਨਾਂ ਦਾ ਪ੍ਰਾਇਮਰੀ ਫੋਕਸ ਜੌਬ ਸਿਕਿਉਰਿਟੀ ਹੁੰਦਾ ਹੈ। ਇਸ ਕੈਟੇਗਰੀ ਵਿੱਚ ਜ਼ਿਆਦਾ ਲੋਕ ਇਸ ਲਈ ਹਨ ਕਿਉਂਕਿ ਸਾਨੂੰ ਬਾਈ ਡਿਫਾਲਟ ਬਚਪਨ ਤੋਂ ਇਸੇ ਕੈਟੇਗਰੀ ਲਈ ਤਿਆਰ ਕੀਤਾ ਜਾਂਦਾ ਹੈ। ਪੇਰੈਂਟਸ ਬੱਚਿਆਂ ਨੂੰ ਹਮੇਸ਼ਾ ਇਹੀ ਸਲਾਹ ਦਿੰਦੇ ਨੇ ਕਿ ਚੰਗੇ ਨੰਬਰ ਲਿਆਓ, ਡਿਗਰੀ ਕਰ ਲਓ, ਇੰਜੀਨੀਅਰਿੰਗ ਕਰ ਲਓ, ਡਾਕਟਰ ਬਣੋ, ਇੱਕ ਹੋਰ ਡਿਗਰੀ ਕਰ ਲਓ, ਫਿਰ ਤੁਹਾਨੂੰ ਸਿਕਿਉਰਡ ਜੌਬ ਮਿਲ ਜਾਵੇਗੀ, ਤੁਹਾਡੀ ਜ਼ਿੰਦਗੀ ਸੌਖੀ ਹੋ ਜਾਵੇਗੀ। ਇਸ ਕੈਟੇਗਰੀ ਦੇ ਲੋਕ ਸਿਰਫ ਇੱਕ ਹੀ ਇਨਕਮ ਸੋਰਸ ਤੇ ਡਿਪੈਂਡ ਹੁੰਦੇ ਨੇ, ਉਹ ਹੈ ਇਹਨਾਂ ਦੀ ਸੈਲਰੀ। ਆਥਰ ਕਹਿੰਦੇ ਹਨ ਕਿ ਇਸ ਕੈਟੇਗਰੀ ਵਿੱਚ ਰਹਿ ਕੇ ਅਮੀਰ ਬਣਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਸ਼ੁਰੂਆਤ ਵਿੱਚ ਤੁਹਾਡੀ ਸੈਲਰੀ ਬਹੁਤ ਘੱਟ ਹੁੰਦੀ ਹੈ, ਪਰ ਡਿਜ਼ਾਇਰਸ ਬਹੁਤ ਜ਼ਿਆਦਾ ਅਤੇ ਸੇਵਿੰਗਸ ਬਿਲਕੁਲ ਨਹੀਂ। ਲੋਕ ਆਪਣੇ ਆਪ ਨੂੰ ਸਟਾਰਟਿੰਗ ਵਿੱਚ ਹੀ ਲੋਨ ਦੇ ਜਾਲ ਵਿੱਚ ਫਸਾ ਲੈਂਦੇ ਨੇ, ਜਿਵੇਂ 20-25 ਸਾਲ ਦਾ ਹੋਮ ਲੋਨ, 10-15 ਸਾਲ ਦਾ ਕਾਰ ਲੋਨ। ਫਿਰ ਜਿਵੇਂ ਜਿਵੇਂ ਇਹਨਾਂ ਦੀ ਸੈਲਰੀ ਵੱਧਦੀ ਹੈ, ਇਹਨਾਂ ਦੇ ਡਿਜ਼ਾਇਰਸ ਅਸਮਾਨ ਛੂਹਣ ਲੱਗ ਜਾਂਦੇ ਹਨ। ਇਨਵੈਸਟਿੰਗ ਬਾਰੇ ਤਾਂ ਇਹ ਕਦੇ ਸੋਚਦੇ ਹੀ ਨਹੀਂ, ਕਿਉਂਕਿ ਇਹਨਾਂ ਕੋਲ ਸਿਕਿਉਰਡ ਜੌਬ ਜੋ ਹੈ, ਇਹਨਾਂ ਲਈ ਫਾਈਨੈਂਸ਼ੀਅਲ ਸਿਕਿਉਰਿਟੀ ਤੋਂ ਜ਼ਿਆਦਾ ਜੌਬ ਸਿਕਿਉਰਿਟੀ ਜ਼ਰੂਰੀ ਹੈ, ਕਿਉਂਕਿ ਇਹਨਾਂ ਨੂੰ ਹਰ ਮਹੀਨੇ ਪੈਸੇ ਚਾਹੀਦੇ ਨੇ EMI ਪੇ ਕਰਨ ਵਾਸਤੇ। ਜੇ ਇਹਨਾਂ ਨੂੰ ਕਿਸੇ ਮਹੀਨੇ ਸੈਲਰੀ ਨਾ ਮਿਲੇ ਤਾਂ ਇਹ ਪ੍ਰੋਬਲਮ ਵਿੱਚ ਆ ਸਕਦੇ ਹਨ। ਇਸ ਤੋਂ ਅਗਲੇ ਇਸ ਵਾਲੇ ਖਾਨੇ ਵਿੱਚ ਆਉਂਦੇ ਹਨ ਸੈਲਫ ਇੰਪਲੋਇਡ ਲੋਕ, ਜਿਵੇਂ ਡਾਕਟਰਸ, ਲਾਇਰਸ, ਸ਼ਾਪ ਓਨਰਸ। ਇਹ ਸਾਰੇ ਲੋਕ ਆਪਣਾ ਟਾਈਮ ਵੇਚ ਕੇ ਪੈਸਾ ਕਮਾਉਂਦੇ ਨੇ, ਬਸ ਫਰਕ ਇੰਨਾ ਹੈ ਕਿ ਇਹਨਾਂ ਦਾ ਕੋਈ ਬੌਸ ਨਹੀਂ ਹੁੰਦਾ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਜੌਬ ਨਹੀਂ ਕਰ ਰਹੇ, ਪਰ ਇਹ ਵੀ ਇੱਕ ਤਰ੍ਹਾਂ ਦੀ ਜੌਬ ਹੀ ਹੈ, ਬਸ ਇਹਨਾਂ ਨੇ ਆਪਣੀ ਜੌਬ ਆਪ ਬਣਾਈ ਹੈ। ਇਹਨਾਂ ਕੋਲ ਥੋੜੀ ਫਲੈਕਸੀਬਿਲਟੀ ਹੁੰਦੀ ਹੈ, ਜੇਕਰ ਇਹ ਬਿਮਾਰ ਹੋ ਜਾਣ ਤਾਂ ਇਹਨਾਂ ਨੂੰ ਪੇਡ ਲੀਵਸ ਨਹੀਂ ਮਿਲਦੀ। ਇਹ ਲੋਕ ਜੇ ਛੁੱਟੀ ਕਰ ਲੈਣ ਤਾਂ ਇਹਨਾਂ ਨੂੰ ਉਸ ਦਿਨ ਦੀ ਇਨਕਮ ਨਹੀਂ ਮਿਲੇਗੀ। ਇਹ ਸਨ ਲੈਫਟ ਸਾਈਡ ਦੇ 2 ਕੁਆਡਰੈਂਟਸ, ਜਿਨ੍ਹਾਂ ਵਿੱਚ ਇੱਕ ਚੀਜ਼ ਕਾਮਨ ਹੈ, ਇਹਨਾਂ ਵਾਸਤੇ ਟਾਈਮ ਇਜ਼ ਇਕੁਅਲ ਟੂ ਮਨੀ ਹੁੰਦਾ ਹੈ। ਇਹ ਆਪਣਾ ਟਾਈਮ ਵੇਚ ਕੇ ਪੈਸੇ ਕਮਾਉਂਦੇ ਹਨ, ਮਤਲਬ ਜ਼ਿਆਦਾ ਪੈਸੇ ਕਮਾਉਣ ਲਈ ਇਹਨਾਂ ਨੂੰ ਹੋਰ ਜ਼ਿਆਦਾ ਟਾਈਮ ਦੇਣਾ ਪਵੇਗਾ, ਜਿਵੇਂ ਓਵਰ ਟਾਈਮ ਜਾਂ ਛੁੱਟੀ ਵਾਲੇ ਦਿਨ ਕੰਮ ਕਰਨਾ। ਹੁਣ ਰਾਈਟ ਵਾਲੇ ਪਾਸੇ ਸਭ ਤੋਂ ਉੱਪਰ ਆਉਂਦੇ ਹਨ ਬਿਜ਼ਨਸ ਓਨਰਸ ਜਾਂ ਬਿਜ਼ਨਸਮੈਨ, ਜੋ ਸਮਾਰਟ ਲੋਕਾਂ ਨੂੰ ਆਪਣੀ ਕੰਪਨੀ ਵਿੱਚ ਜੌਬ ਦੇ ਕੇ ਉਹਨਾਂ ਤੋਂ ਕੰਮ ਕਰਾਉਂਦੇ ਨੇ। ਜੇ ਇਹਨਾਂ ਕੋਲ ਪੈਸਾ ਨਾ ਵੀ ਹੋਵੇ ਤਾਂ ਇਹ ਦੂਜਿਆਂ ਤੋਂ ਪੈਸੇ ਲੈ ਕੇ ਬਿਜ਼ਨਸ ਚਲਾਉਂਦੇ ਹਨ। ਇਹ OPT ਅਤੇ OPM ਦਾ ਯੂਜ਼ ਕਰਦੇ ਨੇ, ਜਿਸ ਦਾ ਮਤਲਬ ਹੈ ਅਦਰ ਪੀਪਲਸ ਟਾਈਮ ਅਤੇ ਅਦਰ ਪੀਪਲਸ ਮਨੀ। ਰੋਬਰਟ ਦੇ ਹਿਸਾਬ ਨਾਲ ਇਹ ਅਮੀਰ ਬਣਨ ਲਈ ਸਭ ਤੋਂ ਬੈਸਟ ਕੁਆਡਰੈਂਟ ਹੈ, ਕਿਉਂਕਿ ਇਹ E ਅਤੇ S ਕੁਆਡਰੈਂਟ ਵਾਲੇ ਲੋਕਾਂ ਵਾਂਗ ਆਪਣੇ ਲਈ ਜੌਬ ਕ੍ਰੀਏਟ ਨਹੀਂ ਕਰਦੇ, ਸਗੋਂ ਇੱਕ ਸਿਸਟਮ ਕ੍ਰੀਏਟ ਕਰਦੇ ਹਨ। ਇਸ ਲਈ ਸ਼ੁਰੂਆਤ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਬਹੁਤ ਜ਼ਿਆਦਾ ਰਿਸਕ ਵੀ ਲੈਣਾ ਪੈਂਦਾ ਹੈ, ਪਰ ਇਹ ਪ੍ਰੋਸੈਸ ਸ਼ਾਰਟ ਟਰਮ ਦਾ ਹੁੰਦਾ ਹੈ ਜਦੋਂ ਤੱਕ ਇਹਨਾਂ ਨੇ ਇੱਕ ਸਿਸਟਮ, ਪ੍ਰੋਸੈਸ ਅਤੇ ਪਾਲਿਸੀ ਨੂੰ ਕ੍ਰੀਏਟ ਨਾ ਕੀਤਾ ਹੋਵੇ, ਜਿਸ ਕਰਕੇ ਇਹਨਾਂ ਦੀ ਮੌਜੂਦਗੀ ਤੋਂ ਬਿਨਾਂ ਹੀ ਇਹਨਾਂ ਦੇ ਇੰਪਲੋਈਜ਼ ਹਰ ਰੋਜ਼
ਆਪਣੇ ਆਪ ਹੀ ਜੋਬ ਕਰਨ ਲਈ ਆਉਂਦੇ ਹਨ। ਅਖੀਰ ਵਿੱਚ ਚੌਥੇ ਖਾਨੇ ਵਿੱਚ ਆਉਂਦੇ ਨੇ ਇਨਵੈਸਟਰਸ। ਇਹ ਮੇਰਾ ਫੇਵਰੇਟ ਕੁਆਡਰੈਂਟ ਹੈ। ਇਹਨਾਂ ਇਨਵੈਸਟਰਸ ਦਾ ਮੇਨ ਫੋਕਸ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਪੈਸੇ ਨੂੰ ਕੰਮ ਤੇ ਲਗਾਉਣ। ਇਹਨਾਂ ਦੀ ਸੋਚ ਹੁੰਦੀ ਹੈ ਕਿ ਜਿਸ ਤਰ੍ਹਾਂ ਈ ਤੇ ਐਸ ਖਾਨੇ ਵਾਲੇ ਲੋਕ ਟਾਈਮ ਦੇ ਕੇ ਪੈਸੇ ਕਮਾਉਂਦੇ ਨੇ, ਇਸੇ ਤਰ੍ਹਾਂ ਅਸੀਂ ਆਪਣਾ ਪੈਸਾ ਦੇ ਕੇ ਹੋਰ ਪੈਸੇ ਕਮਾਈਏ, ਜਿਸ ਨੂੰ ਪੈਸਿਵ ਇਨਕਮ ਵੀ ਕਿਹਾ ਜਾਂਦਾ ਹੈ। ਹੁਣ ਤੁਸੀਂ ਕਹੋਗੇ ਕਿ ਇਹ ਕਿਸ ਤਰ੍ਹਾਂ ਪੋਸੀਬਲ ਹੈ। ਇਸ ਦਾ ਜਵਾਬ ਕਾਫੀ ਸਿੰਪਲ ਹੈ। ਪੈਸਿਆਂ ਨਾਲ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਖਰੀਦ ਸਕਦੇ ਹੋ, ਜਿਵੇਂ ਕਾਰ, ਮਹਿੰਗੀਆਂ ਘੜੀਆਂ, ਬ੍ਰਾਂਡਡ ਕੱਪੜੇ ਅਤੇ ਹੋਰ ਬਹੁਤ ਕੁਝ। ਪਰ ਪੈਸਿਆਂ ਨਾਲ ਤੁਸੀਂ ਆਪਣਾ ਟਾਈਮ ਵੀ ਖਰੀਦ ਸਕਦੇ ਹੋ, ਅਤੇ ਸਭ ਤੋਂ ਇੰਪੋਰਟੈਂਟ ਇਹ ਕਿ ਤੁਸੀਂ ਦੂਜਿਆਂ ਦਾ ਟਾਈਮ ਵੀ ਖਰੀਦ ਸਕਦੇ ਹੋ। ਮਤਲਬ ਤੁਸੀਂ ਲੋਕਾਂ ਨੂੰ ਰੈਂਟ 'ਤੇ ਖਰੀਦ ਸਕਦੇ ਹੋ, ਜਿਸ ਨਾਲ ਤੁਹਾਨੂੰ ਆਪਣਾ ਟਾਈਮ ਕਿਸੇ ਹੋਰ ਨੂੰ ਵੇਚਣਾ ਨਹੀਂ ਪਵੇਗਾ, ਤੁਸੀਂ ਆਜ਼ਾਦ ਰਹਿ ਸਕਦੇ ਹੋ। ਇਸ ਨੂੰ ਕਹਿੰਦੇ ਨੇ ਰੀਅਲ ਫਾਈਨੈਂਸ਼ੀਅਲ ਇੰਡੀਪੈਂਡੈਂਸ। ਕਹਿਣ ਦਾ ਮਤਲਬ ਇਹ ਕਿ ਲੈਫਟ ਸਾਈਡ ਵਾਲੇ ਲੋਕ ਯਾਨੀ ਈ ਅਤੇ ਐਸ ਕੁਆਡਰੈਂਟ ਵਾਲੇ ਐਕਟਿਵਲੀ ਕੰਮ ਕਰਦੇ ਹਨ। ਇਹਨਾਂ ਨੂੰ ਇਨਕਮ ਤਾਂ ਹੀ ਆਵੇਗੀ ਜਿੰਨਾ ਚਿਰ ਇਹ ਐਕਟਿਵਲੀ ਕੰਮ ਕਰਦੇ ਰਹਿਣਗੇ। ਇਸ ਨੂੰ ਕਹਿੰਦੇ ਨੇ ਐਕਟਿਵ ਇਨਕਮ। ਪਰ ਜੇ ਇਹ ਕੰਮ ਕਰਨਾ ਬੰਦ ਕਰ ਦੇਣ ਤਾਂ ਇਹਨਾਂ ਨੂੰ ਪੈਸਾ ਮਿਲਣਾ ਵੀ ਬੰਦ ਹੋ ਜਾਵੇਗਾ। ਇਸੇ ਲਈ ਅੰਕਲ ਵਾਰਨ ਬਫਟ ਕਹਿੰਦੇ ਨੇ, ਇਫ ਯੂ ਡੋਂਟ ਫਾਈਂਡ ਏ ਵੇ ਟੂ ਮੇਕ ਮਨੀ ਵਾਇਲ ਯੂ ਸਲੀਪ, ਯੂ ਵਿਲ ਹੈਵ ਟੂ ਵਰਕ ਅੰਟਿਲ ਯੂ ਡਾਈ। ਤੁਹਾਡੇ ਸਾਰਿਆਂ ਕੋਲ 24 ਘੰਟੇ ਹੁੰਦੇ ਨੇ, ਉਸ ਵਿੱਚੋਂ ਤੁਸੀਂ ਕਿੰਨੇ ਘੰਟੇ ਕੰਮ ਕਰ ਸਕਦੇ ਹੋ? 8 ਘੰਟੇ, 10 ਘੰਟੇ ਜਾਂ 12 ਘੰਟੇ? ਜੇ ਤੁਸੀਂ ਲੈਫਟ ਸਾਈਡ ਦੀਆਂ ਦੋ ਕੁਆਡਰੈਂਟ ਵਿੱਚ ਆਉਂਦੇ ਹੋ ਤਾਂ ਤੁਸੀਂ ਲਿਮਿਟਿਡ ਪੈਸਾ ਹੀ ਕਮਾ ਸਕਦੇ ਹੋ। ਹੁਣ ਅੱਗੇ ਵਧਦੇ ਹਾਂ ਅਤੇ ਇਸ ਬੁੱਕ ਦੇ ਇੰਪੋਰਟੈਂਟ ਲੈਸਨਸ ਨੂੰ ਸਿੱਖਦੇ ਹਾਂ। ਲੈਸਨ 1, ਚੇਂਜਿੰਗ ਕੁਆਡਰੈਂਟ। ਦੋਸਤੋ, ਦੁਨੀਆ ਦੇ ਮੈਕਸੀਮਮ ਲੋਕ ਇਹਨਾਂ ਦੋ ਹੀ ਕੈਟੇਗਰੀ ਵਿੱਚ ਕਿਉਂ ਆਉਂਦੇ ਹਨ? ਕਿਉਂਕਿ ਇਸ ਵਾਸਤੇ ਸਾਨੂੰ ਸਕੂਲ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ, ਤੁਹਾਨੂੰ ਸਪੂਨ ਫੀਡ ਕੀਤਾ ਜਾਂਦਾ ਹੈ। ਤੁਸੀਂ ਇੱਕ ਦੋ ਡਿਗਰੀ ਲੈ ਕੇ ਕੋਈ ਜੋਬ ਤਾਂ ਕਰ ਸਕਦੇ ਹੋ, ਪਰ ਰਾਈਟ ਸਾਈਡ ਵਿੱਚ ਜਾਣ ਲਈ ਤੁਹਾਨੂੰ ਕੋਈ ਡਿਗਰੀ ਨਹੀਂ ਮਿਲਦੀ। ਇਸ ਲਈ ਇਸ ਵਿੱਚ ਐਕਸਪਰਟ ਬਣਨ ਲਈ ਤੁਹਾਨੂੰ ਸੈਲਫ ਲਰਨਿੰਗ ਕਰਨੀ ਪਵੇਗੀ, ਤੁਹਾਨੂੰ ਆਪਣਾ ਮਾਈਂਡਸੈਟ ਚੇਂਜ ਕਰਨਾ ਪਵੇਗਾ। ਤੁਹਾਨੂੰ ਇੱਕ ਬਹੁਤ ਹੀ ਇੰਟਰਸਟਿੰਗ ਗੱਲ ਦੱਸਦੇ ਹਾਂ, ਇੱਕ ਬਿਜ਼ਨਸਮੈਨ ਜਾਂ ਇਨਵੈਸਟਰ ਬਣਨ ਲਈ ਤੁਹਾਨੂੰ ਕਿਸੇ ਡਿਗਰੀ ਦੀ ਜ਼ਰੂਰਤ ਨਹੀਂ, ਪਰ ਉਸ ਬਿਜ਼ਨਸ ਅਤੇ ਇਨਵੈਸਟਰ ਵਾਸਤੇ ਕੰਮ ਕਰਨ ਲਈ ਡਿਗਰੀ ਦੀ ਲੋੜ ਹੈ। ਇਸ ਗੱਲ ਨੂੰ ਇੱਕ ਵਾਰ ਰਿਪੀਟ ਕਰਕੇ ਧਿਆਨ ਨਾਲ ਸੁਣਨਾ। ਨੰਬਰ 1 ਰੀਜ਼ਨ ਜਿਸ ਕਰਕੇ ਲੋਕ ਆਪਣਾ ਕੁਆਡਰੈਂਟ ਬਦਲ ਨਹੀਂ ਪਾਉਂਦੇ, ਉਹ ਹੁੰਦਾ ਹੈ ਉਹਨਾਂ ਦਾ ਫੀਅਰ, ਕਿਉਂਕਿ ਲੈਫਟ ਸਾਈਡ ਵਾਲੇ ਲੋਕਾਂ ਦੀ ਇਨਕਮ ਦੇ ਘਟਣ ਦੇ ਚਾਂਸ ਕਾਫੀ ਘੱਟ ਹੁੰਦੇ ਨੇ। ਪਰ ਜੇ ਤੁਸੀਂ ਬਿਜ਼ਨਸ ਕਰਦੇ ਹੋ ਅਤੇ ਉਹ ਨਾ ਚੱਲੇ ਤਾਂ ਤੁਹਾਡੀ ਸਾਰੀ ਮਿਹਨਤ ਬਰਬਾਦ ਹੋ ਜਾਵੇਗੀ। ਇਨਵੈਸਟ ਕਰਦੇ ਸਮੇਂ ਜੇ ਚੰਗੇ ਰਿਟਰਨਸ ਨਾ ਮਿਲੇ ਤਾਂ ਤੁਹਾਡੀ ਮਿਹਨਤ ਦੀ ਕਮਾਈ ਦੇ ਪੈਸੇ ਬਰਬਾਦ ਹੋ ਜਾਣਗੇ। ਇਸੇ ਡਰ ਦਾ ਕਰਕੇ ਬਹੁਤ ਸਾਰੇ ਲੋਕ ਇਸੇ ਕੈਟੇਗਰੀ ਵਿੱਚ ਰਹਿ ਜਾਂਦੇ ਨੇ। ਵੀਰੋ, ਇਸ ਦਾ ਕਾਰਨ ਹੈ ਕਿ ਸਾਨੂੰ ਸਕੂਲ ਵਿੱਚ ਛੋਟੇ ਹੁੰਦਿਆਂ ਤੋਂ ਹੀ ਦੱਸਿਆ ਜਾਂਦਾ ਹੈ ਕਿ ਜੇ ਗਲਤੀ ਕਰੋਗੇ ਤਾਂ ਪਨਿਸ਼ਮੈਂਟ ਮਿਲੇਗੀ, ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਹੋ ਜਾਵੇਗੀ, ਇਸ ਕਰਕੇ ਅਸੀਂ ਗਲਤੀ ਕਰਨ ਤੋਂ ਡਰਦੇ ਹਾਂ। ਪਰ ਰੋਬਰਟ ਦੇ ਰਿਚ ਡੈਡ ਕਹਿੰਦੇ ਸਨ ਕਿ ਜਦੋਂ ਤੁਹਾਡਾ ਪੈਸੇ ਲੌਸ ਹੋਣ ਦਾ ਡਰ ਵੱਧ ਜਾਂਦਾ ਹੈ ਤਾਂ ਤੁਸੀਂ ਚੁੱਪ ਕਰਕੇ ਜੋਬ ਸਿਕਿਉਰਿਟੀ ਚੁਣ ਲੈਂਦੇ ਹੋ, ਫਾਈਨੈਂਸ਼ੀਅਲ ਸਿਕਿਉਰਿਟੀ ਲੈਣ ਦੇ ਬਦਲੇ, ਅਤੇ ਇੱਕ ਐਵਰੇਜ ਲਾਈਫ ਹੀ ਜਿਉਂਦੇ ਹੋ। ਸਮਝਦਾਰ ਲੋਕ ਜਾਣਦੇ ਨੇ ਕਿ ਜੇ ਰਿਸਕ ਨਹੀਂ ਲਿਆ ਤਾਂ ਸਾਰੀ ਲਾਈਫ ਰਿਸਕੀ ਬਣ ਜਾਵੇਗੀ। ਬਿਜ਼ਨਸ ਅਤੇ ਇਨਵੈਸਟਮੈਂਟ ਵਿੱਚ ਰਿਸਕ ਤਾਂ ਹੈ, ਪਰ ਉਹ ਹਮੇਸ਼ਾ ਰਿਸਕੀ ਨਹੀਂ ਹੈ। ਪਰ ਤੁਹਾਨੂੰ ਉਸ ਦੀ ਨੌਲੇਜ ਨਹੀਂ ਹੈ, ਇਹ ਰਿਸਕੀ ਹੈ। ਜੇ ਤੁਹਾਨੂੰ ਇਨਵੈਸਟਮੈਂਟ ਦੀ ਗਲਤ ਨੌਲੇਜ ਹੈ, ਇਹ ਹੋਰ ਵੀ ਰਿਸਕੀ ਹੈ। ਤੁਸੀਂ ਐਸੈਟ ਸਮਝ ਕੇ ਕਾਰ ਜਾਂ ਘਰ ਖਰੀਦ ਲੈਂਦੇ ਹੋ, ਇਹ ਇਸ ਤੋਂ ਵੀ ਜ਼ਿਆਦਾ ਰਿਸਕੀ ਹੈ। ਤੁਹਾਡਾ ਫਿਕਸਡ ਮਾਈਂਡਸੈਟ ਹੈ, ਤੁਸੀਂ ਕੁਝ ਵੀ ਸਿੱਖਦੇ ਨਹੀਂ, ਅਤੇ ਜੇ ਤੁਹਾਨੂੰ ਕੋਈ ਸਿਆਣੀ ਗੱਲ ਦੱਸੇ ਤਾਂ ਤੁਸੀਂ ਆਰਗਿਊ ਕਰਦੇ ਹੋ, ਇਹ ਸਭ ਤੋਂ ਜ਼ਿਆਦਾ ਰਿਸਕੀ ਹੈ। ਲੈਸਨ 2, ਯੂਅਰ ਟੂਡੇ ਡਿਸਾਈਡਸ ਟੁਮਾਰੋ। ਤੁਹਾਡੇ ਰੋਜ਼ਾਨਾ ਦੇ ਡੇਲੀ ਐਕਸ਼ਨਸ ਮੈਟਰ ਕਰਦੇ ਨੇ। ਜੇ ਤੁਸੀਂ ਰੋਜ਼ ਜੰਕ ਫੂਡ ਖਾਂਦੇ ਹੋ ਤਾਂ ਤੁਹਾਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ, ਤੁਹਾਡੀ ਹੈਲਥ ਫਿਊਚਰ ਵਿੱਚ ਜ਼ਰੂਰ ਖਰਾਬ ਹੋਵੇਗੀ। ਤੁਸੀਂ ਜੋ ਵੀ ਫੈਸਲਾ ਲੈਂਦੇ ਹੋ, ਜ਼ਰੂਰੀ ਨਹੀਂ ਕਿ ਉਸ ਦਾ ਰਿਜ਼ਲਟ ਤੁਹਾਨੂੰ ਅੱਜ ਹੀ ਮਿਲੇ। ਸਕੂਲ ਵਿੱਚ ਪੇਪਰ ਤੋਂ 30 ਦਿਨ ਬਾਅਦ ਹੀ ਰਿਜ਼ਲਟ ਮਿਲ ਜਾਂਦਾ ਸੀ, ਪਰ ਰੀਅਲ ਲਾਈਫ ਵਿੱਚ 30 ਸਾਲ ਵੀ ਲੱਗ ਸਕਦੇ ਹਨ। ਜਦੋਂ ਤੁਸੀਂ ਕੰਮ ਤੋਂ ਥੱਕੇ ਹਾਰੇ ਘਰ ਆਉਂਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਕਹਿ ਸਕਦੇ ਹੋ ਕਿ ਮੈਂ ਬਹੁਤ ਮਿਹਨਤ ਕੀਤੀ ਹੈ, ਮੈਨੂੰ ਆਪਣੇ ਆਪ ਨੂੰ ਪਾਰਟੀ ਦੇਣੀ ਚਾਹੀਦੀ ਹੈ ਜਾਂ ਨੈੱਟਫਲਿਕਸ 'ਤੇ ਵੈਬ ਸੀਰੀਜ਼ ਦੇਖ ਲੈਣੀ ਚਾਹੀਦੀ ਹੈ, ਮੈਂ ਡਿਜ਼ਰਵ ਕਰਦਾ ਹਾਂ। ਨੋ ਡਾਊਟ ਤੁਸੀਂ ਇਹ ਸਭ ਚੀਜ਼ਾਂ ਡਿਜ਼ਰਵ ਕਰਦੇ ਹੋ, ਪਰ ਜੇ ਤੁਸੀਂ ਆਪਣੀ ਸਾਰੀ ਸੈਲਰੀ ਮੰਥ ਦੇ ਐਂਡ ਤੱਕ ਖਰਚ ਕਰ ਦਿੰਦੇ ਹੋ ਅਤੇ ਅਜਿਹਾ ਕੰਮ ਕਰਦੇ ਹੋ ਜਿਸ ਨੂੰ ਤੁਸੀਂ ਪਸੰਦ ਹੀ ਨਹੀਂ ਕਰਦੇ, ਤਾਂ ਤੁਸੀਂ ਹਮੇਸ਼ਾ ਇਸੇ ਰੈਟ ਰੇਸ ਵਿੱਚ ਰਹਿ ਜਾਓਗੇ ਅਤੇ ਹੌਲੀ ਹੌਲੀ ਤੁਹਾਡਾ ਇਹਨਾਂ ਹੈਬਿਟਸ ਨੂੰ ਛੱਡਣਾ ਅਤੇ ਇਸ ਰੈਟ ਰੇਸ ਵਿੱਚ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੁੰਦਾ ਜਾਏਗਾ। ਅਖੀਰ ਵਿੱਚ ਜਦੋਂ ਬੰਦੇ ਨੂੰ ਉਮਰ ਖਾਣ ਲੱਗ ਜਾਂਦੀ ਹੈ ਅਤੇ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਖਰਾਬ ਹੁੰਦੀ ਦਿਖਾਈ ਦਿੰਦੀ ਹੈ
ਤਾਂ ਉਹ ਸ਼ਾਰਟਕੱਟ ਲੱਭਦੇ ਹਨ। ਉਹ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੇ ਨੇ, ਜਿਵੇਂ ਸਟਾਕ ਟਿਪਸ ਲੱਭਦੇ ਨੇ ਜਿਸ ਨਾਲ ਉਹਨਾਂ ਨੂੰ ਘੱਟ ਟਾਈਮ ਵਿੱਚ ਹੀ ਜ਼ਿਆਦਾ ਰਿਟਰਨ ਮਿਲ ਜਾਣ। ਪਰ ਇਹ ਸਭ ਕੁਝ ਕਿਸੇ ਕੰਮ ਨਹੀਂ ਆਉਣਾ ਜਿੰਨਾ ਚਿਰ ਤੁਸੀਂ ਬਾਹਰ ਦੀਆਂ ਚੀਜ਼ਾਂ ਬਦਲਣ ਦੀ ਜਗ੍ਹਾ ਆਪਣਾ ਮਾਇੰਡਸੈਟ ਨਹੀਂ ਚੇਂਜ ਕਰਦੇ। ਇਸ ਵਾਸਤੇ ਵੀ ਕੋਈ ਸ਼ਾਰਟਕੱਟ ਨਹੀਂ ਹੈ, ਤੁਹਾਨੂੰ ਲੌਂਗ ਟਰਮ ਥਿੰਕਿੰਗ ਅਪਣਾਉਣੀ ਪਵੇਗੀ। ਰੋਬਰਟ ਇੱਕ ਰਿਸਰਚ ਦੀ ਹੈਲਪ ਨਾਲ ਇੰਪੋਰਟੈਂਟ ਪੁਆਇੰਟ ਪ੍ਰੂਫ ਕਰਨਾ ਚਾਹੁੰਦੇ ਨੇ, ਜਿਸ ਨਾਲ ਮੈਂ ਵੀ 100% ਐਗਰੀ ਕਰਦਾ ਹਾਂ। ਉਹ ਇਹ ਕਿ ਜੋ ਲੋਕ ਪੂਅਰ ਫੈਮਿਲੀ ਵਿੱਚੋਂ ਉੱਠ ਕੇ ਆਪਣੇ ਦਮ 'ਤੇ ਅਮੀਰ ਬਣਦੇ ਨੇ, ਉਹਨਾਂ ਵਿੱਚ ਇਹ 3 ਕੁਆਲਿਟੀਜ਼ ਹੁੰਦੀਆਂ ਹਨ। ਸਭ ਤੋਂ ਪਹਿਲਾਂ ਇਹ ਕਿ ਉਹ ਲੌਂਗ ਟਰਮ ਸੋਚਦੇ ਹਨ, ਦੂਸਰਾ ਉਹ ਗ੍ਰੈਟੀਫਿਕੇਸ਼ਨ ਵਿੱਚ ਵਿਸ਼ਵਾਸ ਰੱਖਦੇ ਨੇ, ਮਤਲਬ ਉਹ ਅੱਜ ਦੇ ਛੋਟੇ ਮੋਟੇ ਪਲੇਜ਼ਰ ਅਤੇ ਮਜ਼ੇ ਨੂੰ ਸੈਕਰੀਫਾਈਸ ਕਰਦੇ ਹਨ ਲੌਂਗ ਟਰਮ ਹੈਪੀਨੈਸ ਵਾਸਤੇ। ਤੀਸਰਾ, ਉਹ ਪਾਵਰ ਆਫ ਕੰਪਾਊਂਡਿੰਗ ਨੂੰ ਆਪਣੇ ਫਾਇਦੇ ਲਈ ਯੂਜ਼ ਕਰਦੇ ਹਨ। ਪਾਵਰ ਆਫ ਕੰਪਾਊਂਡਿੰਗ ਉੱਤੇ ਅਸੀਂ ਪਹਿਲਾਂ ਹੀ 2 ਐਪੀਸੋਡਸ ਬਣਾ ਚੁੱਕੇ ਹਾਂ, ਜੇ ਤੁਸੀਂ ਨਹੀਂ ਦੇਖੇ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇਖ ਸਕਦੇ ਹੋ। ਦੂਜੇ ਪਾਸੇ ਜੋ ਲੋਕ ਅਨਸਕਸੈਸਫੁਲ ਹੋ ਜਾਂਦੇ ਨੇ ਅਤੇ ਮਹਿਲਾ ਦੇ ਰਾਜੇ ਹੋਣ ਦੇ ਬਾਵਜੂਦ ਬਿਲਕੁਲ ਗਰੀਬ ਹੋ ਜਾਂਦੇ ਨੇ, ਉਹਨਾਂ ਵਿੱਚ ਵੀ 3 ਚੀਜ਼ਾਂ ਕਾਮਨ ਨੇ। ਪਹਿਲਾ, ਉਹ ਸ਼ਾਰਟ ਟਰਮ ਸੋਚਦੇ ਨੇ। ਦੂਸਰਾ, ਉਹ ਆਪਣੀਆਂ ਡਿਜ਼ਾਇਰਸ ਨੂੰ ਇੰਸਟੈਂਟਲੀ ਪੂਰਾ ਕਰ ਲੈਂਦੇ ਨੇ, ਜੇ ਇਹਨਾਂ ਕੋਲ ਕਾਰ ਲੈਣ ਜੋਗੇ ਪੈਸੇ ਨਾ ਵੀ ਹੋਣ ਤਾਂ ਇਹ ਲੋਨ ਲੈ ਕੇ ਆਪਣੀ ਇੱਛਾ ਪੂਰੀ ਕਰਦੇ ਨੇ। ਤੀਸਰਾ, ਇਹ ਪਾਵਰ ਆਫ ਕੰਪਾਊਂਡਿੰਗ ਦਾ ਉਲਟਾ ਯੂਜ਼ ਕਰਦੇ ਹਨ, ਆਪਣੇ ਨੁਕਸਾਨ ਲਈ ਵਰਤਦੇ ਹਨ। ਲੈਸਨ 3, ਯੂਜ਼ ਦਾ ਜੋਬ, ਡੋਂਟ ਲੈਟ ਦਾ ਜੋਬ ਯੂਜ਼ ਯੂ। ਰੋਬਰਟ ਕਹਿੰਦੇ ਨੇ ਤੁਹਾਨੂੰ ਸਿਕਿਉਰਿਟੀ ਵਾਲੀ ਜੋਬ ਲੱਭਣ ਦੀ ਕੋਈ ਲੋੜ ਨਹੀਂ। ਸਭ ਤੋਂ ਪਹਿਲਾਂ ਜੋਬ ਸਿਕਿਉਰਿਟੀ ਨਾਮ ਦੀ ਚੀਜ਼ ਅੱਜ ਦੀ ਡੇਟ ਵਿੱਚ ਹੈ ਹੀ ਨਹੀਂ। ਦੂਸਰਾ, ਜੋਬ ਸਿਕਿਉਰਿਟੀ ਤੁਹਾਡੇ ਹੱਥ ਵਿੱਚ ਨਹੀਂ ਹੈ, ਤੁਹਾਡੇ ਹੱਥ ਵਿੱਚ ਇੱਕ ਹੀ ਚੀਜ਼ ਹੈ, ਉਹ ਹੈ ਫਾਈਨੈਂਸ਼ੀਅਲ ਸਿਕਿਉਰਿਟੀ, ਜਿਸ 'ਤੇ ਤੁਹਾਨੂੰ ਫੋਕਸ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਜਵਾਨ ਹੁੰਦੇ ਹੋ ਤਾਂ ਤੁਹਾਡੇ ਕੋਲ ਇਨਵੈਸਟਿੰਗ ਕਰਨ ਲਈ ਇੰਨਾ ਪੈਸਾ ਨਹੀਂ ਹੁੰਦਾ, ਪਰ ਤੁਸੀਂ ਥੋੜ੍ਹੇ ਪੈਸਿਆਂ ਨਾਲ ਬਿਜ਼ਨਸ ਸ਼ੁਰੂ ਕਰ ਸਕਦੇ ਹੋ, ਭਾਵੇਂ ਉਹ ਛੋਟਾ ਮੋਟਾ ਹੀ ਹੋਵੇ, ਭਾਵੇਂ ਉਹ ਫੇਲ ਹੀ ਹੋ ਜਾਵੇ, ਪਰ ਤੁਸੀਂ ਕੁਝ ਨਾ ਕੁਝ ਜ਼ਰੂਰ ਸਿੱਖੋਗੇ। ਜੇ ਤੁਸੀਂ ਇਹ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਜੋਬ ਨੂੰ ਹੀ ਯੂਜ਼ ਕਰ ਲਵੋ ਫਾਈਨੈਂਸ਼ੀਅਲ ਫਰੀਡਮ ਲਈ। ਤੁਹਾਨੂੰ ਆਪਣੇ ਆਪ ਨੂੰ ਕੰਪਨੀ ਵਾਸਤੇ ਯੂਜ਼ ਨਹੀਂ ਹੋਣ ਦੇਣਾ ਚਾਹੀਦਾ, ਤੁਸੀਂ ਆਪਣੀ ਜੋਬ ਨੂੰ ਰੈਂਟ 'ਤੇ ਲਏ ਘਰ ਵਾਂਗ ਸਮਝੋ, ਜਿਸ ਵਿੱਚ ਤੁਸੀਂ ਜ਼ਿਆਦਾ ਖਰਚਾ ਨਹੀਂ ਕਰੋਗੇ ਇਸ ਦੀ ਡੈਕੋਰੇਸ਼ਨ ਵਾਸਤੇ, ਕਿਉਂਕਿ ਇੱਕ ਦਿਨ ਤੁਸੀਂ ਇਸ ਨੂੰ ਖਾਲੀ ਕਰ ਹੀ ਦੇਣਾ ਹੈ ਅਤੇ ਤੁਸੀਂ ਆਪਣਾ ਘਰ ਬਣਾਓਗੇ, ਉਸ ਨੂੰ ਆਪਣੇ ਹਿਸਾਬ ਨਾਲ ਡੈਕੋਰੇਟ ਕਰੋਗੇ। ਯਾਨੀ SIP ਦੁਆਰਾ ਤੁਸੀਂ ਹਰ ਮਹੀਨੇ ਇਨਵੈਸਟਮੈਂਟ ਕਰੋਗੇ ਤਾਂ ਉਹ ਤੁਹਾਡਾ ਆਪਣਾ ਘਰ ਹੋਵੇਗਾ। ਇਹ ਚੀਜ਼ ਤੁਹਾਡੇ ਕੰਟਰੋਲ ਵਿੱਚ ਹੈ ਅਤੇ ਇਹ ਇੱਕ ਸਲੋ ਪ੍ਰੋਸੈਸ ਹੈ। ਰੋਮ ਵਾਜ ਨਾਟ ਬਿਲਡ ਇਨ ਏ ਡੇ, ਇੱਕ ਵਧੀਆ ਬਿਲਡਿੰਗ ਨੂੰ ਬਣਾਉਣ ਲਈ ਟਾਈਮ ਤਾਂ ਲੱਗੇਗਾ ਹੀ। ਲੈਸਨ 4, ਟਰੂ ਵੈਲਥ। ਅਮੀਰ ਦਿਖਣ ਅਤੇ ਅਮੀਰ ਹੋਣ ਵਿੱਚ ਬਹੁਤ ਫਰਕ ਹੁੰਦਾ ਹੈ। ਲੋਕਾਂ ਕੋਲ ਵਿਖਾਉਣ ਲਈ ਤਾਂ ਬਹੁਤ ਕੁਝ ਹੁੰਦਾ ਹੈ, ਜਿਵੇਂ ਮਹਿੰਗੀ ਕਾਰ, ਲਗਜ਼ਰੀ ਕਾਰ, ਪਰ ਉਹਨਾਂ ਦੀ ਐਸੈਟ ਸਾਈਡ ਵਿੱਚ ਕੁਝ ਵੀ ਨਹੀਂ ਹੁੰਦਾ, ਕਿਉਂਕਿ ਇਹ ਚੀਜ਼ਾਂ ਉਹਨਾਂ ਨੇ ਲੋਨ ਲੈ ਕੇ ਲਈਆਂ ਹੁੰਦੀਆਂ ਨੇ, ਜਿਸ ਦਾ ਵਿਆਜ ਭਰਨ ਵਿੱਚ ਹੀ ਜ਼ਿੰਦਗੀ ਨਿਕਲ ਜਾਂਦੀ ਹੈ। ਜੇ ਤੁਸੀਂ ਆਪਣੀ ਟਰੂ ਵੈਲਥ ਫਾਈਂਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਦੇਖਣਾ ਹੈ ਕਿ ਇਨਕਮ ਦੇ ਬੰਦ ਹੋਣ ਤੋਂ ਬਾਅਦ ਤੁਸੀਂ ਕਿੰਨੇ ਸਾਲ ਸਰਵਾਈਵ ਕਰ ਸਕਦੇ ਹੋ। ਤੁਹਾਡੇ ਖਰਚੇ ਹਮੇਸ਼ਾ ਰਹਿਣਗੇ ਜਿੰਨਾ ਚਿਰ ਤੁਸੀਂ ਜਿਉਂਦੇ ਹੋ, ਪਰ ਤੁਹਾਡੀ ਇਨਕਮ ਟੈਂਪਰੇਰੀ ਹੁੰਦੀ ਹੈ ਜਿੰਨਾ ਚਿਰ ਤੁਸੀਂ ਹੈਲਦੀ ਰਹਿੰਦੇ ਹੋ। ਇਸੇ ਕਰਕੇ ਜੇ ਤੁਸੀਂ ਜਲਦੀ ਤੋਂ ਜਲਦੀ ਅਮੀਰ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਲੈਫਟ ਸਾਈਡ ਤੋਂ ਰਾਈਟ ਸਾਈਡ ਸ਼ਿਫਟ ਹੋ ਜਾਣਾ ਚਾਹੀਦਾ ਹੈ। ਅਖੀਰ ਵਿੱਚ ਮੈਂ ਇਹ ਕਹਾਂਗਾ ਕਿ ਤੁਸੀਂ ਕਿੰਨਾ ਪੈਸਾ ਕਮਾਉਂਦੇ ਹੋ ਇਹ ਮੈਟਰ ਨਹੀਂ ਕਰਦਾ, ਤੁਸੀਂ ਸਾਰਾ ਦਿਨ ਕਿੰਨੀ ਮਿਹਨਤ ਕਰਦੇ ਹੋ ਇਹ ਵੀ ਮੈਟਰ ਨਹੀਂ ਕਰਦਾ, ਪਰ ਤੁਸੀਂ ਆਪਣੇ ਟਾਈਮ ਨੂੰ ਕਿਵੇਂ ਸਪੈਂਡ ਕਰਦੇ ਹੋ, ਕਿੰਨੀ ਇਨਕਮ ਆਪਣੇ ਵਾਸਤੇ ਰੱਖਦੇ ਹੋ ਅਤੇ ਉਹ ਤੁਹਾਡੇ ਲਈ ਕਿੰਨਾ ਕੰਮ ਕਰਦੀ ਹੈ ਇਹ ਮੈਟਰ ਕਰਦਾ ਹੈ। ਅੱਜ ਲਈ ਬਸ ਇੰਨਾ ਹੀ, ਮਿਲਦੇ ਹਾਂ ਜੀ ਅਗਲੇ ਐਪੀਸੋਡ ਵਿੱਚ ਨਵੀਂ ਐਜੂਕੇਸ਼ਨ ਦੇ ਨਾਲ। ਕੈਮਰਾਮੈਨ ਸੰਧੂ ਸਾਹਿਬ ਦੇ ਨਾਲ, ਇਨਵੈਸਟਰ ਪੰਜਾਬ, ਅੰਮ੍ਰਿਤਸਰ।